ਸਤਿ ਸ੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਅਮਨਦੀਪ ਸਿੰਘ ਮਾਝਾ। ਤੁਹਾਨੂੰ ਦੱਸ ਦਈਏ ਕਿ ਅੱਜ ਸੁਖਵੀਰ ਸਿੰਘ ਬਾਦਲ ਪਹੁੰਚੇ ਹੋਏ ਨੇ। ਇੱਥੇ ਸਿੱਖ ਸਦਭਾਵਨਾ ਦਲ ਵੱਲੋਂ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ, ਵਿਰੋਧਤਾ ਕੀਤੀ ਗਈ। ਸੋ ਸਾਡੇ ਸਿੱਖ ਸਦਭਾਵਨਾ ਦਲ ਦੇ ਸੀਨੀਅਰ ਆਗੂ ਮੌਜੂਦ ਨੇ, ਗੁਰਮੀਤ ਸਿੰਘ ਥੂਹੀ ਮੌਜੂਦ ਨੇ। ਥੂਹੀ ਜੀ, ਅੱਜ ਕਾਲੀਆਂ ਝੰਡੀਆਂ ਕਿਉਂ ਦਿਖਾ ਰਹੇ ਹੋ ਤੁਸੀਂ? ਅੱਜ ਅਸੀਂ ਨਾਭੇ ਦੇ ਵਿੱਚ ਸੁਖਵੀਰ ਬਾਦਲ ਨੇ ਇੱਕ ਸ਼੍ਰੋਮਣੀ ਕਮੇਟੀ, ਜਿੱਥੇ ਕਿ ਮੌਜੂਦਾ ਸਰਕਾਰ ਦੇ ਹੁੰਦੇ ਉੱਥੇ ਵਿਅਦਵੀਆਂ ਹੋਈਆਂ, ਉਹਨਾਂ ਦਾ ਅੱਜ ਤੱਕ ਇਨਸਾਫ ਨਹੀਂ ਦਿੱਤਾ। 328 ਸਰੂਪ ਸੀ ਜਿਹੜੇ, ਉਹ ਚੋਰੀ ਹੋਏ ਜਾਂ ਇਹਨਾਂ ਨੇ ਜਦੋਂ ਬਾਹਰ ਕੈਨੇਡਾ ਭੇਜੇ ਉਹ ਬੱਸ ਦੇ ਵਿੱਚ ਖਰਾਬ ਹੋਏ, ਉਹਨਾਂ ਬਾਰੇ ਇਹਨਾਂ ਨੇ ਅੱਜ ਤੱਕ ਕੋਈ ਉਹਦਾ ਰਿਕਾਰਡ ਨਹੀਂ ਦਿੱਤਾ। ਅੱਜ ਵੀ ਅੰਮ੍ਰਿਤਸਰ ਸਾਹਿਬ ਵਿਖੇ ਧਰਨੇ ਲੱਗੇ ਹੋਏ ਨੇ। ਅਸੀਂ ਵੀ ਕੱਲ੍ਹ ਨੂੰ ਉੱਥੇ ਜਾ ਕੇ 4 ਤਰੀਕ ਨੂੰ ਅਸੀਂ ਵੀ ਪ੍ਰੋਟੈਕਟ ਕਰਨ ਜਾ ਰਹੇ ਹਾਂ ਉੱਥੇ। ਇਹਨਾਂ ਨੇ ਬੇਅਦਬੀ ਦੀ ਕਾਂਡ ਦੀ ਮੌਜੂਦਾ ਪਿਛਲੀ ਸਰਕਾਰ ਨੇ ਨਾ ਹੁਣ ਹਲੇ ਤੱਕ ਕੋਈ ਜਵਾਬ ਨਹੀਂ ਦਿੱਤਾ। ਅੱਜ ਸੁਖਵੀਰ ਬਾਦਲ ਇੱਥੋਂ ਦੀ ਲੰਘ ਰਹੇ ਸੀ, ਤੁਸੀਂ ਪੂਰੀਆਂ ਕਾਲੀਆਂ ਝੰਡੀਆਂ ਦਿਖਾਈਆਂ ਨੇ ਉਹਨਾਂ ਨੂੰ? ਹਾਂਜੀ, ਅਸੀਂ ਸਾਡੇ ਸਿੱਖ ਸਦਭਾਵਨਾ ਦਲ ਵੱਲੋਂ ਅਸੀਂ ਕਾਲੀਆਂ ਝੰਡੀਆਂ ਦਿਖਾਈਆਂ, ਜਿੱਥੇ ਕਿ ਵੱਖ ਵੱਖ ਜਥੇਬੰਦੀਆਂ ਵੀ ਦਿਖਾ ਰਹੀਆਂ ਨੇ। ਅਸੀਂ ਆਪਦੀ ਫਰਜ਼ ਪਹਿਚਾਣਦੇ ਹੋਏ ਸਿੱਖ ਸਦਭਾਵਨਾ ਦਲ ਵੱਲੋਂ, ਮੈਂ ਗੁਰਮੀਤ ਸਿੰਘ ਥੂਹੀ, ਸਿੱਖ ਸਭਾ ਮਾਲਵਾ ਇੰਚਾਰਜ, ਮੈਂ ਇਹਨਾਂ ਨੂੰ ਕਾਲੀਆਂ ਝੰਡੀਆਂ ਦਾ। ਸਕਾਲਰਸ਼ਿਪ ਘੁਟਾਲੇ ਕਰਕੇ ਆਏ ਨੇ ਸੁਖਵੀਰ ਬਾਦਲ, ਤੁਹਾਨੂੰ ਕੀ ਲੱਗਦਾ ਵੀ ਸਹੀ ਆ ਘੁਟਾਲੇ ਦੀ ਵਿਰੋਧਤਾ ਕਰਨੀ? ਘੁਟਾਲੇ ਤਾਂ ਇਹਨਾਂ ਨੇ ਛੋੜੇ ਨਹੀਂ ਕੀਤੇ, ਘੁਟਾਲੇ ਤਾਂ ਬਹੁਤ ਇਕੱਲੇ ਸਕਾਲਰ ਕੀ, ਇਹਨਾਂ ਨੇ ਸ਼੍ਰੋਮਣੀ ਕਮੇਟੀ ਵੀ ਘੁਟਾਲੇ ਕੀਤੇ ਹੋਏ ਨੇ, ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਬੇਅਦਬੀਆਂ ਵੀ ਕਰਾਈਆਂ ਹੋਈਆਂ ਨੇ। ਵੱਡੇ ਵੱਡੇ ਘੁਟਾਲਿਆਂ ਨੇ ਕੀ ਕਹਾਂਗੇ, ਇਹਨਾਂ ਦੇ ਘੁਟਾਲਿਆਂ ਦਾ ਕੁਛ ਨਹੀਂ ਕਹਿ ਸਕਦਾ, ਬਹੁਤ ਵੱਡੇ ਘੁਟਾਲੇ ਕਰੀ ਫਿਰਦੇ ਆ। ਸੋ ਇਹ ਸਨ ਗੁਰਮੀਤ ਸਿੰਘ ਥੂਹੀ, ਇਹਨਾਂ ਨੇ ਕਿਹਾ ਕਿ ਜੋ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ, ਪਾਵਨ ਸਰੂਪਾਂ ਦੀ ਬੇਅਦਬੀ ਹੋਈ ਆ, ਉਹਦੀ ਕੋਈ ਪੜਚੋਲ ਨਹੀਂ ਆਈ, ਉਹਦਾ ਕੋਈ ਸਾਹਮਣੇ ਨਹੀਂ ਆਈ ਗੱਲ। ਸੋ ਸਾਡੇ ਨਾਲ ਖੱਟੜਾ ਸਾਹਿਬ ਮੌਜੂਦ ਨੇ, ਤੁਹਾਨੂੰ ਖੱਟੜਾ ਜੀ ਕੀ ਕਹੋਗੇ ਅੱਜ ਤੁਸੀਂ ਕਾਲੀਆਂ ਝੰਡੀਆਂ ਦਿਖਾ ਰਹੇ ਹੋ ਸੁਖਵੀਰ ਬਾਦਲ ਨੂੰ? ਐਕਚੁਅਲੀ ਤਾਂ ਅਸੀਂ ਤਾਂ ਬਹੁਤ ਸਾਲਾਂ ਤੋਂ ਲੱਗੇ ਹੋਏ ਹਾਂ ਇਹ ਸੁਖਵੀਰ ਜੁੜਲੀ ਬਾਦਲ ਜੁੜਲੀ ਆ ਜਿਹੜੀ, ਇਹ ਬਾਦਲ ਜੁੜਲੀ ਨੇ ਸਾਨੂੰ ਧਾਰਮਿਕ ਤੌਰ 'ਤੇ, ਆਰਥਿਕ ਤੌਰ 'ਤੇ ਬਰਬਾਦ ਕਰਕੇ ਰੱਖਤਾ। ਸਾਡੇ ਨੌਜਵਾਨ ਜਿਹੜੇ ਕੁਰਾਹੇ ਪਾਏ, ਅੱਜ ਵੀ ਬੇਅਦਬੀਆਂ ਕਰਦੇ ਟਲਦੇ ਨਹੀਂ। ਜਿਸ ਕਿਸੇ ਵੀ ਧਾਰਮਿਕ ਕੋਈ ਬੇਅਦਬੀ ਹੁੰਦੀ ਹੈ ਉਹਦੇ ਵਿੱਚ ਸੁਖਵੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਦਾ ਹੱਥ ਹੁੰਦਾ ਹੈ। ਇਸ ਸਰਕਾਰ ਦੇ ਨਾਲ ਰਲ ਕੇ ਪਹਿਲਾਂ ਜਦੋਂ ਆਪ ਸਰਕਾਰ ਦੇ ਵਿੱਚ ਸੀ ਉਦੋਂ ਬੇਅਦਬੀਆਂ ਕਰਵਾਈਆਂ, ਹੁਣ ਵੀ ਇਹਨਾਂ ਦੇ ਵੱਡੇ ਵੱਡੇ ਅਫਸਰ ਬੈਠੇ ਨੇ ਜਿਹੜੇ ਲੋਕਾਂ ਦਾ ਧਿਆਨ ਹਟਾਉਣ ਦੇ ਵਾਸਤੇ, ਤਾਂ ਕਿ ਲੋਕ ਆਪਣੀਆਂ ਮੰਗਾਂ ਵੱਲ ਨਾ ਜਾਣ। ਜਿਵੇਂ ਕਿਸਾਨ ਯੂਨੀਅਨ ਦਾ ਮੋਰਚਾ ਚੱਲ ਰਿਹਾ, ਉਹ ਮੋਰਚੇ ਨੂੰ ਖਤਮ ਕਰਨ ਵਾਸਤੇ, ਕੁਰਾਹੇ ਪਾਉਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਏਜੰਡੇ ਲੈ ਕੇ ਚੱਲਦੇ ਨੇ। ਇਹਨਾਂ ਦੀਆਂ ਰੈਲੀਆਂ ਕਰਦੀਆਂ ਬਣਦੀਆਂ ਹੀ ਨਹੀਂ। ਜਿਹੜਾ ਛੱਜ ਦਾ ਛਾਲੀ ਕੀ ਬੋਲੇ, ਇਹ ਤਾਂ ਆਪ ਉਹਨਾਂ ਵਿੱਚ ਚੋਰ ਰਹੇ ਨੇ, ਬਹੁਤ ਵੱਡੇ ਘੁਟਾਲੇ ਕਰਦੇ ਰਹੇ ਨੇ, ਅੱਜ ਇਹ ਉਹਨਾਂ ਨੂੰ ਘੁਟਾਲਿਆਂ ਬਾਰੇ ਕਹਿਣ ਆ ਰਹੇ ਨੇ। ਜੇ ਇਹ ਇਮਾਨਦਾਰ ਹੋਣ ਫਿਰ ਅਸੀਂ ਇਹਨਾਂ ਦਾ ਵੈਲਕਮ ਕਰਦੇ ਵੀ ਆਓ ਆਪਾਂ ਘੁਟਾਲੇ ਵਿਰੁੱਧ, ਪਰ ਇਹ ਤਾਂ ਆਪ ਬਹੁਤ ਵੱਡੇ ਘੁਟਾਲੇ, ਆਰਥਿਕ ਘੁਟਾਲੇ, ਰਾਜਨੀਤਿਕ ਘੁਟਾਲੇ, ਧਾਰਮਿਕ ਘੁਟਾਲੇ, ਟੋਟਲ ਘੁਟਾਲਿਆਂ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਹੱਥ ਹੈ। ਇਸ ਕਰਕੇ ਇਹਨਾਂ ਨਾਲ ਜਾਂਦੇ ਲੋਕ ਵੀ ਮੈਨੂੰ ਸਮਝ ਨਹੀਂ ਆਉਂਦੀ ਵੀ ਤੁਸੀਂ ਜਿਵੇਂ ਪਹਿਲਾਂ ਔਰੰਗਜ਼ੇਬ ਦੇ ਨਾਲ ਲੋਕ ਸੀ, ਅੰਗਰੇਜ਼ਾਂ ਦੇ ਨਾਲ ਲੋਕ ਸੀ, ਸਾਡੇ ਹੀ ਲੋਕ, ਅੱਜ ਸਾਡੇ ਹੀ ਲੋਕ ਜਿਹੜੇ ਦਾੜੀਆਂ ਕੇਸ ਰੱਖ ਕੇ ਇਹਨਾਂ ਨਾਲ ਕਿਹੜੇ ਮੂੰਹ ਨਾਲ ਤੁਰਦੇ ਨੇ, ਮੈਨੂੰ ਇਹ ਸਮਝ ਨਹੀਂ ਆ ਰਹੀ ਵੀ ਇਹ ਕਿਹੋ ਜਿਹੇ ਲੋਕ ਨੇ, ਇਹ ਕਿਹੋ ਜਿਹਾ ਪੰਥ ਬਣ ਗਿਆ ਜਿਹੜਾ ਪੰਥ ਬਰਬਾਦ ਕਰਕੇ ਰੱਖਤਾ। ਪੰਥ ਨੇ ਇੱਕ ਡਾਕੂ ਪੈਦਾ ਕਰਤੇ ਸਾਡੇ ਲੋਕਾਂ ਦੇ ਵਿੱਚੋਂ, ਸਰਕਾਰੀ ਅਫਸਰ ਡਾਕੂ ਬਣਾਤੇ, ਲੋਕ ਡਾਕੂ ਬਣਾਤੇ ਨਾ ਲੋਕਾਂ ਨੇ। ਇਹ ਬਾਦਲ ਦੀ ਬਦੌਲਤ ਹੋਇਆ ਸਾਰਾ ਕੁਝ। ਜਿਵੇਂ ਬਿਹਾਰ ਦੇ ਵਿੱਚ ਉੱਥੇ ਗੁੰਡਾਗਰਦੀ ਚੱਲਦੀ ਹੈ, ਸੇਮ ਗੁੰਡਾਗਰਦੀ ਇਹਨਾਂ ਪੰਜਾਬ ਦੇ ਵੀ ਸ਼ੁਰੂ ਕਰਤੀ। ਜਿਹੜੇ ਕਿ ਪੰਜਾਬ ਦੇ ਲੋਕ ਧਾਰਮਿਕ ਮੰਨੇ ਜਾਂਦੇ ਸੀ, ਨਿਮਰਤਾ ਵਾਲੇ ਮੰਨੇ ਜਾਂਦੇ ਸੀ, ਠੰਮੇ ਵਾਲੇ ਮੰਨੇ ਜਾਂਦੇ ਸੀ, ਉਹ ਪੰਜਾਬ ਦੇ ਲੋਕਾਂ ਦੇ ਵਿੱਚੋਂ, ਨੌਜਵਾਨਾਂ 'ਚੋਂ ਧਾਰਮਿਕਤਾ, ਨਿਮਰਤਾ, ਠੰਮਾ ਖਤਮ ਕਰਤਾ ਇਹਨਾਂ ਬਾਦਲਾਂ। ਤੁਹਾਨੂੰ ਕੀ ਲੱਗਦਾ ਸਾਰੀ ਰਾਜਨੀਤੀ ਹੋ ਰਹੀ ਹੈ ਇਹ, ਜੋ ਵੀ ਘੁਟਾਲਿਆਂ ਦੀ ਅੱਜ ਵਿਰੋਧਤਾ ਹੋ ਰਹੀ ਹੈ, ਸਕਾਲਰਸ਼ਿਪ ਘੁਟਾਲੇ ਵਾਸਤੇ ਸੁਖਵੀਰ ਬਾਦਲ ਆਏ ਨੇ, ਵੀ ਰਾਜਨੀਤੀ ਕਰ ਰਹੇ ਨੇ? ਬਿਲਕੁਲ, ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਰਾਜਨੀਤੀ ਹੈ, ਕਿਉਂਕਿ ਇਹ ਜਿਹੜੇ ਕਹਿੰਦੇ ਸੀ ਅਸੀਂ 25 ਸਾਲ ਰਾਜ ਕਰਾਂਗੇ, 10 ਸਾਲਾਂ ਦੇ ਵਿੱਚ ਇਹ ਆ ਗਏ ਕਿ ਆਮ ਪਾਰਟੀ ਨੇ ਵੀ ਇਹਨਾਂ ਨੂੰ ਥੱਲੇ ਲਾਤਾ, ਲੋਕਾਂ ਨੇ ਇਹਨਾਂ ਨੂੰ ਨਕਾਰਤਾ। ਹੁਣ ਇਹ ਆਪਦੀ ਹੋਂਦ ਬਚਾਉਣ ਵਾਸਤੇ ਇੱਕ ਡਰਾਮੇਬਾਜ਼ੀ ਕਰ ਰਹੇ ਨੇ। ਵੈਸੇ ਇਹ ਕੈਪਟਨ ਅਤੇ ਬਾਦਲ ਭਾਈ ਬਾਲ ਨੇ ਇੱਕ ਦੂਜੇ ਦੇ ਮਿੱਤਰ ਨੇ, ਵੀ ਹੁਣ 5 ਸਾਲ ਕਾਟੋ, ਤੂੰ ਚੜ੍ਹ ਗਈ, ਹੁਣ 5 ਸਾਲ ਮੈਨੂੰ ਆਉਣ ਦਿਉ, ਵੀ ਅਗਲੇ 5 ਸਾਲ ਸਾਨੂੰ ਦਿਉ, ਤੁਹਾਡੇ ਘੁਟਾਲੇ ਅਸੀਂ ਲੁਕਵਾ ਦਾਂਗੇ। ਸੋ ਸਿੱਖ ਸਦਭਾਵਨਾ ਦਲ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ, ਵਿਰੋਧਤਾ ਕੀਤੀ ਗਈ ਕਿ ਰਾਜਨੀਤੀ ਹੋ ਰਹੀ ਆ, ਦੋਨੋਂ ਪਾਰਟੀਆਂ ਕਾਂਗਰਸ ਆ ਅਕਾਲੀ ਦਲ ਆ ਵੀ ਕਿਤੇ ਨਾ ਕਿਤੇ ਰਾਜਨੀਤੀ ਹੋ ਰਹੀ ਆ। ਸੋ ਸਾਡੇ ਨਾਲ ਆਗੂ ਮੌਜੂਦ ਨੇ ਸਿੱਖ ਸਦਭਾਵਨਾ ਦਲ ਦੇ। ਹਾਂਜੀ ਬਾਬਾ ਚਰਨ ਸਿੰਘ ਜੀ, ਕੀ ਕਹੋਗੇ ਤੁਸੀਂ ਅੱਜ ਕਾਲੀਆਂ ਝੰਡੀਆਂ ਦਿਖਾਈਆਂ ਨੇ ਸੁਖਵੀਰ ਬਾਦਲ ਨੂੰ, ਕਿਉਂ ਦਿਖਾਈਆਂ ਨੇ?
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਰਬੱਤ ਸੰਗਤਾਂ ਨੂੰ ਪਤਾ ਹੀ ਹੈ ਕਿ ਜੋ ਕਿ ਬਾਦਲ ਪਰਿਵਾਰ ਹੈ, ਇਹ ਇੱਕ ਕਿਸਮ ਦਾ ਫਖਰੇ ਕੌਮ ਨਹੀਂ, ਇਹ ਕੌਮੇ ਗਦਾਰ। ਇਹਨਾਂ ਨੂੰ ਖਿਤਾਬ ਦਿੱਤਾ ਜਾਣਾ ਚਾਹੀਦਾ ਸੀ। ਕਾਲੀਆਂ ਝੰਡੀਆਂ ਲੈ ਕੇ ਵਿਰੋਧ ਕਰਨ ਦਾ ਮਤਲਬ ਸਾਡਾ ਇੱਕੋ ਹੀ ਹੈ, ਕਿਉਂਕਿ ਅੱਜ ਇਹ ਲੋਕਾਂ ਦੇ ਵਿੱਚ ਆ ਕੇ ਆਪਣੇ ਆਪ ਨੂੰ ਸੱਚੇ ਸੁੱਚੇ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਦੋਂ ਕਿ ਖੁਦ ਇਹ ਇਹਨਾਂ ਦੀ ਸਰਕਾਰ ਇਹਨਾਂ ਦੇ ਹਮਾਇਤੀ ਘੁਟਾਲਿਆਂ ਦੇ ਵਿੱਚ ਸ਼ਾਮਿਲ ਰਹੇ ਨੇ। ਇਹ ਇੱਕੋ ਜੁੰਡੜੀ ਦੇ ਸਾਰੇ ਚੱਟੇ ਵੱਟੇ ਇਕੱਠੇ ਹੋਏ ਹੋਏ ਨੇ, ਕਿਉਂਕਿ ਸਿੱਖ ਨੀਤੀ ਜਿਹੜੀ ਗੁਰੂ ਘਰਾਂ ਦੇ ਵਿੱਚ ਲਾਗੂ ਹੋਣੀ ਚਾਹੀਦੀ ਸੀ, ਇਹਨਾਂ ਨੇ ਬਿਲਕੁਲ ਖਤਮ ਕਰ ਦਿੱਤੀ ਹੈ। ਉੱਥੇ ਹਰ ਥਾਂ ਇਹ ਰਾਜਨੀਤੀ ਕਰ ਰਹੇ ਨੇ ਅਤੇ ਪੰਥ ਨੂੰ ਇਹਨਾਂ ਦੇ ਪਰਿਵਾਰ ਨੇ ਪੁੱਠਾ ਗੇੜਾ ਦਿੱਤਾ ਹੋਇਆ ਹੈ ਜੀ। ਅਤੇ ਇਸ ਕਰਕੇ ਅਸੀਂ ਪੁਰਜ਼ੋਰ ਵਿਰੋਧ ਕਰਦੇ ਹਾਂ ਇਹਨਾਂ ਦਾ, ਕਾਲੀਆਂ ਝੰਡੀਆਂ ਦਿਖਾ ਕੇ ਜਿੱਥੇ ਕਿਤੇ ਵੀ ਇਹ ਜਾਣਗੇ ਆਪਣਾ ਇਹ ਡਰਾਮਾ ਕਰਨ, ਕਿਉਂਕਿ ਇਹ ਟੋਟਲੀ ਡਰਾਮਾ ਇੱਕ ਰਾਜਨੀਤਿਕ, ਇਹ ਹੋਰ ਕੁਛ ਵੀ ਨਹੀਂ ਆ। ਜਿੱਥੇ ਜਿੱਥੇ ਡਰਾਮਾ ਕਰਨ ਜਾਣਗੇ ਸਿੱਖ ਸਦਭਾਵਨਾ ਦਲ ਅਤੇ ਸਾਡਾ ਜੋ ਗ੍ਰੰਥੀ ਸਿੰਘਾਂ ਢਾਡੀ ਸਿੰਘਾਂ ਦਾ ਇੰਟਰਨੈਸ਼ਨਲ ਢਾਡੀ ਸੰਗੀਤਕਾਰ ਮੰਚ, ਹਰ ਥਾਂ 'ਤੇ ਇਹਨਾਂ ਦਾ ਪੁਰਜ਼ੋਰ ਕਾਲੀਆਂ ਝੰਡੀਆਂ ਲੈ ਕੇ ਇਸੇ ਤਰ੍ਹਾਂ ਵਿਰੋਧ ਕਰਦਾ ਰਹੇਗਾ ਜੀ। ਸੋ ਸਿੱਖ ਸਦਭਾਵਨਾ ਦਲ ਵੱਲੋਂ ਪੂਰੀ ਵਿਰੋਧ ਤਾਂ ਕੀਤੀ ਜਾ ਰਹੀ ਆ। ਨੌਜਵਾਨ ਆਗੂ ਹਰਪ੍ਰੀਤ ਸਿੰਘ ਥੂਹੀ ਮੌਜੂਦ ਨੇ। ਹਰਪ੍ਰੀਤ ਜੀ, ਕੀ ਕਹੋਗੇ ਤੁਸੀਂ? ਅੱਜ ਪੂਰਾ ਵਿਰੋਧ ਕਰ ਰਹੇ ਹੋ, ਸਕਾਲਰਸ਼ਿਪ ਘੁਟਾਲੇ ਦੇ ਵਿਰੋਧ 'ਚ ਸੁਖਬੀਰ ਬਾਦਲ ਪਹੁੰਚੇ ਨੇ, ਅਤੇ ਤੁਹਾਡਾ ਵਿਰੋਧ ਜਾਰੀ ਆ, ਕਿਉਂ? ਦੇਖੋ, ਜਿਹੜੀਆਂ ਸਰਕਾਰਾਂ ਨੇ, ਚਾਹੇ ਸਕਾਲਰਸ਼ਿਪ ਘੁਟਾਲਾ ਲਾ ਲਓ, ਜਿੱਦਾਂ ਇਹ ਘੁਟਾਲੇ ਦਾ ਸਰਕਾਰਾਂ ਕਰਦੀਆਂ ਆ ਰਹੀਆਂ ਨੇ, ਇਹ ਉਹਦੇ ਵਿਰੋਧ 'ਚ ਆ ਰਹੇ ਨੇ, ਇਹ ਵੀ ਕਰਦੀਆਂ ਨੇ, ਬਹੁਤ ਵਧੀਆ, ਚਲੋ ਉਹਦੇ 'ਚ ਆ ਰਹੇ ਨੇ। ਬਟ ਇਹਨਾਂ ਨੇ ਪੰਥ ਨੂੰ ਐਡੀ ਵੱਡੀ ਢੂਹ ਲਾਈ ਆ ਪੰਥ ਨੂੰ ਬਚਾਉਣ ਵਾਸਤੇ, ਮੈਂ ਤਾਂ ਇਹ ਕਹਿੰਦਾ ਵੀ ਇਹਨਾਂ ਦਾ ਕਾਲੀਆਂ ਝੰਡੀਆਂ ਨਾਲ ਜਿਹੜਾ ਆਪਾਂ ਵਿਰੋਧ ਕਰਦੇ ਹਾਂ ਉਹ ਵੀ ਛੱਡ ਕੇ ਇਹਨਾਂ ਦਾ ਅਚਾਨਕ ਹੀ ਧੌਣ 'ਤੇ ਗੋਡਾ ਰੱਖ ਲੈਣਾ ਚਾਹੀਦਾ, ਠੀਕ ਆ ਨਾ? ਇਹਨਾਂ ਦੇ ਜਿੱਥੇ ਵੀ ਇਹਨਾਂ ਦੇ ਮਿਲਦੇ ਨੇ ਮਾਰ ਮਾਰ ਛਿੱਤਰ ਇਹਨਾਂ ਨੂੰ ਬਾਹਰ ਕੱਢ ਲੈਣਾ ਚਾਹੀਦਾ। ਇਹ ਜ਼ਰੂਰੀ ਨਹੀਂ ਹੈਗਾ ਵੀ ਕਿਤੇ ਇਹਨਾਂ ਨੂੰ ਆਪਾਂ ਸੋਚਦੇ ਹਾਂ ਵੀ ਕਾਲੀਆਂ ਝੰਡੀਆਂ ਦਿਖਾਈਏ ਜਾਏ, ਇਹਨਾਂ ਦਾ ਜਿੱਥੇ ਇਹਨਾਂ ਦੀ ਗੱਡੀ ਗੁੱਡੀ ਮਿਲਦੀ ਹੈ ਕਿਤੇ ਵੀ ਘੇਰ ਘੱਟੇ ਵੱਟੇ ਮਾਰਨੇ ਚਾਹੀਦੇ ਨੇ। ਇਹਨਾਂ ਨੇ ਪੰਥ ਦਾ ਬਹੁਤ ਬੁਰਾ ਹਾਲ ਕੀਤਾ ਹੋਇਆ, ਇਹਨਾਂ ਤੋਂ ਪੰਥ ਨੂੰ ਬਚਾ ਲੈਣਾ ਚਾਹੀਦਾ। ਇਹਨਾਂ ਨੇ ਪੰਥ ਨੂੰ ਅੱਗੇ ਤਾਂ ਕੀ ਲੈ ਕੇ ਜਾਣਾ ਸੀਗਾ, ਪਿੱਛੇ ਨੂੰ ਲੈ ਕੇ ਜਾਈ ਜਾਂਦੇ ਨੇ, ਸਜਾਵਟਾਂ 'ਤੇ ਜ਼ੋਰ ਲਾ ਰੱਖੇ ਨੇ, ਹੋਰ ਸਾਰਾ ਕੁਛ ਕਰ ਰਹੇ ਨੇ। ਜਿਹੜਾ ਕਿ ਪ੍ਰਚਾਰ ਆ ਸਿੱਖੀ ਦਾ ਉਹ ਤਾਂ ਹੋ ਹੀ ਨਹੀਂ ਰਿਹਾ। ਹੁਣ ਤੁਸੀਂ ਆਪਾਂ ਸਾਰਾ ਕੁਛ ਦੇਖਦੀ ਹਾਂ, ਪ੍ਰਚਾਰ ਸਿੱਖੀ ਦਾ ਬਿਲਕੁਲ ਵੀ ਖਤਮ ਹੋਇਆ। ਕਿਹੜੇ ਬੰਦੇ ਨੂੰ ਪਤਾ ਵੀ ਨਰੂਆ ਜੀ ਕੌਣ ਸੀਗੇ, ਠੀਕ ਹੈ? ਕਿਸੇ ਨੂੰ ਨਹੀਂ ਪਤਾ, ਹਰੀ ਸਿੰਘ ਬਾਰੇ ਨਹੀਂ ਪਤਾ, ਕਿਸੇ ਬਾਰੇ ਨਹੀਂ ਪਤਾ ਹੈਗਾ। ਬਸ ਇਹਨਾਂ ਨੇ ਕੀ ਆ, ਹੋਰ ਇਹ ਗਲਤ ਫਹਿਮੀਆਂ 'ਚ ਲੋਕਾਂ ਨੂੰ ਪਾਈ ਜਾਂਦੇ ਨੇ, ਹੋਰ ਇਹ ਕੂੜ ਪ੍ਰਚਾਰ ਕਰਦੇ ਨੇ। ਇੱਕ ਵਧੀਆ ਪ੍ਰਚਾਰਕ ਨਹੀਂ ਹੈਗਾ। ਜਿੰਨੇ ਵੀ ਹੁਣ ਆਪਾਂ ਰੈਲੀ ਦੇਖ ਰਹੇ ਇੱਥੋਂ ਦੀ ਲੰਘ ਰਹੇ ਨੇ, ਸਾਰੀਆਂ ਸ਼੍ਰੋਮਣੀ ਕਮੇਟੀ ਦੀਆਂ ਬੱਸਾਂ ਲੈ ਕੇ ਜਾ ਰਹੇ ਨੇ, ਫਾਲਤੂ ਪੈਸਾ ਉਹਨਾਂ ਦਾ ਖਰਚ ਕਰ ਰਹੇ ਨੇ। ਹਾਲਾਂਕਿ ਅਕਾਲੀ ਦਲ ਦੀ ਆਪਦੀ ਸਰਕਾਰ ਆਪਦੇ ਪੱਲਿਓਂ ਪੈਸਾ ਖਰਚ ਲੈਣ, ਜਿਹੜਾ ਉੱਥੇ ਬਾਦਲ ਆਪਦਾ ਕੀ ਕਹਿੰਦੇ ਨੇ ਅੰਮ੍ਰਿਤਸਰ ਦੀ ਪੂਰੀ ਲੁੱਟ ਕਰ ਰਹੇ ਨੇ। ਇਹ ਬਿਲਕੁਲ ਇਹਨਾਂ ਦਾ ਕੋਈ ਐਡਾ ਵਜੂਦ ਨਹੀਂ ਰਹਿ ਗਿਆ, ਹੁਣ ਤਾਂ ਇਹ ਬਸ ਇੱਕ ਗੱਡੀਆਂ ਘੁਮਾਉਣ ਜੋਗਰੇ ਰਹਿ ਗਏ। ਮੈਂ ਤਾਂ ਇਹੀ ਆਪਣੀ ਸੰਗਤ ਨੂੰ ਬੇਨਤੀ ਕਰਦਾ, ਆਪਣੇ ਭਾਈਚਾਰੇ ਨੂੰ ਬੇਨਤੀ ਕਰਦਾ, ਸਿੱਖ ਭਾਈਚਾਰੇ ਨੂੰ ਵੀ, ਇਹਨਾਂ ਨੂੰ ਮਾਰ ਮਾਰ ਛੱਤਰ ਇੱਥੋਂ ਭਜਾਓ, ਇਹਨਾਂ ਦੀ ਕੋਈ ਹੁਣ ਲੋੜ ਨਹੀਂ ਰਹੀ ਹੈਗੀ। ਸੋ ਸੁਖਬੀਰ ਸਿੰਘ ਬਾਦਲ ਦੀ ਵਿਰੋਧ ਤਾਂ ਹੋਈ ਸਿੱਖ ਸਦਭਾਵਨਾ ਦਲ ਵੱਲੋਂ, ਸੋ ਇਹਨਾਂ ਨੇ ਕਿਹਾ ਕਿ ਇਹ ਵਿਰੋਧ ਤਾਂ ਐਵੇਂ ਜਾਰੀ ਰਹੇਗੀ ਕਿਉਂਕਿ ਪੰਥ ਦਾ ਨੁਕਸਾਨ ਕੀਤਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਗਿਆ। ਸੋ ਸਾਡੇ ਨਾਲ ਯੂਥ ਆਗੂ ਮੌਜੂਦ ਨੇ। ਹਾਂਜੀ, ਕੀ ਕਹੋਗੇ ਤੁਸੀਂ? ਵਿਰੋਧ ਤਾਂ ਕਰ ਰਹੇ ਹੋ, ਅੱਜ ਕਿਉਂ ਕਰ ਰਹੇ ਹੋ? ਦੇਖੋ ਜੀ, ਅਸੀਂ ਹੁਣ ਇੱਥੇ ਆਉਣ ਤੋਂ ਪਹਿਲਾਂ ਵੀ ਮੈਂ ਸੁਖਬੀਰ ਬਾਦਲ ਦਾ ਪੁਤਲਾ ਫੂਕ ਕੇ ਆਇਆ। ਅਸਲ ਦੇ ਵਿੱਚ ਕੀ ਹੈ, ਹੁਣ ਜਿਹੜੀ ਸਿਆਸਤ ਚੱਲ ਰਹੀ ਹੈ, ਇਹ ਪਹਿਲਾਂ ਵੀ ਜਿਹੜੀ ਅਕਾਲੀ ਦਲ ਸੀਗਾ ਬੀਜੇਪੀ ਨਾਲ ਇਕੱਠਾ ਸੀ, ਇਹ ਸਰਾਸਰ ਕਿਸਾਨਾਂ ਨੂੰ ਆਪਣੇ ਮੁੱਦਿਆਂ ਤੋਂ, ਕਿਸਾਨ ਮਜ਼ਦੂਰ ਭਾਈਚਾਰੇ ਦਾ ਜਿਹੜਾ ਇੱਕ ਹੈ ਉਹਨੂੰ ਖਤਮ ਕਰਨ ਵਾਸਤੇ ਇਹ ਨਵੇਂ ਨਵੇਂ ਹੱਥਕੰਡੇ ਅਪਣਾ ਰਹੇ ਨੇ। ਇਹਨਾਂ ਨੂੰ ਇਹ ਹੈ ਵੀ ਕਿਸੇ ਨਾ ਕਿਸੇ ਤਰੀਕੇ ਇਹਨਾਂ ਦਾ ਕਿਸਾਨ ਭਾਈਚਾਰੇ ਦਾ ਜਿਹੜਾ ਅੰਦੋਲਨ ਹੈ ਇਹ ਫੇਲ ਹੋਵੇ। ਇਹ ਬੀਜੇਪੀ ਦੀ ਬੀ ਟੀਮ ਬਣ ਕੇ ਕੰਮ ਕਰ ਰਹੇ ਨੇ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, ਚਾਹੇ ਆਪਣੇ, ਚਾਹੇ ਅਕਾਲੀ ਦਲ ਹੋਵੇ, ਕਿਉਂਕਿ ਇਹ ਰਾਸ਼ਟਰਪਤੀ ਜਾਣ ਨੂੰ ਤਾਂ ਪਹਿਲਾਂ ਹੀ ਜਵਾਬ ਦੇ ਚੁੱਕੇ ਨੇ। ਅਸਲ ਵਿੱਚ ਸਕਾਲਰਸ਼ਿਪ ਘੁਟਾਲੇ ਕਰਕੇ ਸੁਖਬੀਰ ਸਿੰਘ ਬਾਦਲ ਪਹੁੰਚੇ ਨੇ, ਸੁਖਬੀਰ ਸਿੰਘ ਬਾਦਲ ਘੁਟਾਲੇ ਬਾਰੇ ਪਹੁੰਚੇ ਨੇ, ਤੁਹਾਨੂੰ ਕੀ ਲੱਗਦਾ ਵੀ ਸਹੀ ਕਦਮ ਉਹਨਾਂ ਦਾ ਵਿਰੋਧ ਤਾਂ ਕਰ ਰਹੇ ਨੇ ਘੁਟਾਲੇ ਦੀ? ਨਹੀਂ, ਇਹ ਤਾਂ ਬਿਲਕੁਲ ਲੋਕਾਂ ਦਾ ਧਿਆਨ ਭਟਕਾਉਣ ਵਾਲੀ ਗੱਲ ਹੈ। ਕਲੀਨ ਚਿੱਟ ਉਹਨਾਂ ਨੂੰ ਮਿਲ ਚੁੱਕੀ ਹੈ, ਜੋ ਅੱਗੇ ਵੀ ਹੋਊਗਾ ਉਹ ਤਾਂ ਕੈਪਟਨ ਸਾਹਿਬ ਨੇ ਵੀ ਕਹਿਤਾ ਸੀ ਵੀ ਮੈਂ ਇਨਕੁਆਇਰੀ ਤੋਂ ਬਾਅਦ ਜੋ ਵੀ ਹੋਊਗਾ ਪੰਜਾਬ ਨੂੰ ਬਚਾਉਣ ਦਾ। ਉੱਧਰ ਤਾਂ ਇਹਨਾਂ ਦਾ ਧਿਆਨ ਹੀ ਨਹੀਂ ਹੈ, ਇਹ ਬਦਲ ਜਾਂਦੇ ਨੇ, ਇਹ ਨਵਾਂ ਮੁੱਦਾ ਲੈ ਆਉਂਦੇ ਨੇ। ਇਹ ਜਾਣ ਬੁੱਝ ਕੇ ਲੋਕਾਂ ਦਾ ਜਿਹੜਾ ਧਿਆਨ ਹੈ ਉਹ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਨਾਂ ਦਾ ਕਿਸੇ ਸਕਾਲਰਸ਼ਿਪ ਨੂੰ ਲੈ ਕੇ
अपने ध्यान नहीं है ना इन्हों का पंजाब में, इन्हों सिर्फ खाने वाले ध्यान है। 2022 दी वोटों की यह राजनीति कर रहे हैं और पर 2022 दे विच लोग सारे जागरूक हो चुके हैं। इन्होंने की किया, इन्हों के पाथियां पैनिया ने पिंड जो आएंगे इन्हों उदों पता लगना। इन्हों वोटों वोटों का चलो दूर की गल, इन्हों का वजूद खत्म हो चुका है। इन्हों तो यह है भी असं दो चार सीटा बचाने जोगा आपका वजूद तैयार कर लिए। सो सिख सद्भावना दल आगुआ का कहना कि राजनीति हो रही है, ध्यान भड़काने की गल चल रही है। किसान यूनियन के धरने लगातार जारी ने, वह धरनों खत्म करने की प्लानिंग है यह ध्यान भड़काने की, कि लोगों का ध्यान दूजे पासे हो जाए। नाभा तो सुखबीर सिंह थूही नाल अमनदीप सिंह माझा, पंजाबी लोक चैनल।